लोग तो इतों तक कहते हैं कि संयुक्त मोर्चे इलेक्शन लड़ाउनी चाहिए है, बेशक जो मर्जी कर। जे ये लोगों कोई रस्ता नहीं विखाते तो लोग सोचेंगे यार ये तो विखाते कट नहीं फिर उधर हो जाइए। जनानियां जनूनियां तो बोलदिया रहिंदियां ने, इन्हां नूं बोलण दा हक है सारयां नूं, जिवें तुसीं कहिंदे कहिंदे जी सानूं भी हक है तो फिर सानूं भी तो हक है। बाकी पार्टियां जिहड़ियां आईयां सीगियां सारियां अज ओह इह गल नाल सहमत हो गईयां सारियां, मैं तुहाडे नाल सहमत हाँ, जिवें तुसीं कहोगे असीं उवें करांगे। ਤੇ ਫਰਦਾਂ ਜਿਹੜੀਆਂ ਨੇ ਉਹ ਬਿਲਕੁਲ ਬੰਦ ਕਰੋ, ਕੇਂਦਰ ਦੇ ਦਬਾਅ ਥੱਲੇ ਆ ਕੇ ਤੁਸੀਂ ਫਰਦਾਂ ਨਾ ਮੰਗੋ। ਹੁਣ ਲੱਗੇ ਹੋਏ ਹੋ ਤੁਸੀਂ, ਇਹਦਾ ਤੁਹਾਡਾ ਮਤਲਬ ਸਾਫ਼ ਹੋ ਗਿਆ ਕਿ ਤੁਸੀਂ ਸਿਰਫ ਇਲੈਕਸ਼ਨਾਂ ਪਿੱਛੇ ਕੜੀ ਘੋਲਦੇ ਹੋ ਸਾਰੀ। ਇਸੇ ਕਰਕੇ ਸਾਨੂੰ ਅੱਜ ਦਾ ਪ੍ਰੋਗਰਾਮ ਇਹ ਰੱਖਣਾ ਪੈਣਾ, ਇਸੇ ਕਰਕੇ ਸਾਰਿਆਂ ਨੂੰ ਪਹਿਲਾਂ ਅਪੀਲਾਂ ਕਰਦੇ। ਜੋ ਹਾਲਾਤ ਹੋ ਰਹੇ ਨੇ ਉਹ ਜੇ ਹੋਰ ਵਧੀਆ ਹੋਣਗੇ ਤਾਂ ਫਿਰ ਲੀਡਰਾਂ ਨੂੰ ਦੇਖਣਾ ਪਊਗਾ, ਫਿਰ ਹੰਡਾਉਣਾ ਪਊਗਾ ਪਿੰਡੇ ਦੇ। अज चंडीगढ़ दे विच 32 किसान जथेबंदियां दी वख-वख सियासी पार्टियां दे नुमाइंदियां दे नाल जिहड़ी मीटिंग हुई है, मीटिंग दे विच की अहम रहा की खास रहा जाणांगे। किसान आगू बूटा सिंह शादीपुर मेरे नाल मौजूद ने, की अज खास रहा जी अज दी जिहड़ी मीटिंग सीगी इह? क्योंकि साडा एजेंडा मेन सीगा वी तुसीं पिंडां दे विच शहरां च रैलियां रूलियां बंद करो बंद करो, इहदे नाल माहौल आ जिहड़ा हालात ने जिहड़े उह खराब हुंदे आ, ते उहदे उत्ते अकाली दल ते कांग्रेस ने ਇਹ ਗੱਲ ਕਹੀ ਹੈ ਕਿ ਅਸੀਂ ਆਪਣੀ ਹਾਈਕਮਾਂਡ ਨਾਲ ਵਿਚਾਰ ਕਰ ਲਈਏ। ਬਾਕੀ ਪਾਰਟੀਆਂ ਜਿਹੜੀਆਂ ਆਈਆਂ ਸੀਗੀਆਂ ਸਾਰੀਆਂ ਅੱਜ ਉਹ ਇਹ ਗੱਲ ਨਾਲ ਸਹਿਮਤ ਹੋ ਗਈਆਂ ਸਾਰੀਆਂ, ਵੀ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਾਂਗੇ। ਇਹ ਕੀ ਲੱਗ ਰਿਹਾ ਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਨੇ ਲੰਬੇ ਸਮੇਂ ਤੋਂ ਰਾਜ ਵੀ ਕੀਤਾ ਔਰ ਹੁਣ ਵੀ ਦਾਅਵਾ ਕਰ ਰਿਹਾ ਕਿ ਅਸੀਂ ਜਿਹੜਾ ਕਿਸਾਨਾਂ ਦੇ ਨਾਲ ਖੜੇ ਹਾਂ, ਦੂਸਰੀਆਂ ਪਾਰਟੀਆਂ ਵੀ ਦਾਅਵਾ ਕਰ ਰਹੀਆਂ, ਉੱਥੇ ਹੀ ਕਾਂਗਰਸ ਅਕਾਲੀ ਦਲ ਮੋਗੇ ਦੇ ਵਿੱਚ ਰੈਲੀ ਕਰਦਾ, ਉੱਥੇ ਹੀ ਜਿਹੜਾ ਪੁਲਿਸ ਲਾਠੀਚਾਰਜ ਕਰਦੀ ਹੈ ਅਤੇ ਪਰਚੇ ਹੋ ਜਾਂਦੇ ਨੇ, ਉਹ ਵੀ ਇਲਜ਼ਾਮ ਲੱਗਦਾ ਵੀ ਕਾਂਗਰਸ ਵੀ ਜਿਹੜਾ ਇਹਦੇ ਵਿੱਚ ਕਿਤੇ ਨਾ ਕਿਤੇ ਹੱਥ ਹੈ। ਉਸ ਮਸਲੇ ਨੂੰ ਕਿਵੇਂ ਫਿਰ ਅੱਜ ਵਿਚਾਰਿਆ ਗਿਆ ਮੀਟਿੰਗ ਦੇ ਵਿੱਚ? ਦੇਖੋ ਇਹੋ ਇੱਕੋ ਹੀ ਮਸਲਾ ਮੇਨ ਤਾਂ ਇਹ ਸੀਗਾ, ਬਾਕੀ ਹੋਰ ਮਸਲੇ ਸੀਗੇ। ਸਭ ਤੋਂ ਮੇਨ ਮਸਲਾ ਇਹ ਸੀਗਾ ਕਿ ਜਿਹੜਾ ਤੁਸੀਂ ਪਿੰਡਾਂ 'ਚ ਮੀਟਿੰਗਾਂ ਰੈਲੀਆਂ ਕਰਦੇ ਹੋ ਉਹਦੇ ਨਾਲ ਪੇਂਡੂ ਭਾਈਚਾਰਕ ਸਾਂਝ, ਸ਼ਹਿਰੀ ਭਾਈਚਾਰਕ ਸਾਂਝ ਉਹ ਖਤਮ ਹੁੰਦੀ ਹੈ, ਉਹਨੂੰ ਤੁਸੀਂ ਬੰਦ ਕਰ ਦਿਓ। ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਕੋਈ ਦੋ ਨੇ ਦਵਾਤਾ ਵੀ ਅਸੀਂ ਲੀਡਰ ਨਾਲ ਗੱਲ ਕਰ ਲਈ ਹਾਈਕਮਾਂਡ ਨਾਲ, ਬਾਕੀ ਕਹਿ ਕੇ ਨਹੀਂ ਤੁਹਾਡੇ ਨਾਲ ਸਹਿਮਤ ਹਾਂ। ਕੋਈ ਸਾਡੇ ਮਸਲੇ ਹੋਰ ਸੀਗੇ ਜਿਵੇਂ ਫਰਦਾਂ ਵਾਲਾ ਮਸਲਾ ਸੀ, ਉਹ ਕਾਂਗਰਸ ਅੱਗੇ ਹੀ ਰੱਖਿਆ ਵੀ ਤੁਸੀਂ ਜਿਹੜਾ ਵੀ ਫਰਦਾਂ ਜਿਹੜੀਆਂ ਨੇ ਉਹ ਬਿਲਕੁਲ ਬੰਦ ਕਰੋ, ਕੇਂਦਰ ਦੇ ਦਬਾਅ ਥੱਲੇ ਆ ਕੇ ਤੁਸੀਂ ਫਰਦਾਂ ਨਾ ਮੰਗੋ। ਜੇ ਤੁਸੀਂ ਫਰਦਾਂ ਮੰਗਦੇ ਹੋ ਤਾਂ ਉਹਦੇ ਵੀ ਹਾਲਾਤ ਖਰਾਬ ਵਾਲੀ ਗੱਲ ਆ, ਕਿਉਂਕਿ ਕੋਈ ਲੋਕ ਬਾਹਰ ਨੇ, ਕੁਛ ਆਪਣੀਆਂ ਇਹਦੀਆਂ ਜਿਹੜੀਆਂ ਖਾਤੇ ਜਿਹੜੇ ਨੇ ਉਹ ਬਹੁਤ ਸਾਂਝੇ ਨੇ, ਉਸ ਕਰਕੇ ਉਹ ਤਾਂ ਹੋ ਹੀ ਨਹੀਂ ਸਕਦਾ ਸਿਸਟਮ। ਬਹੁਤ ਗੁੰਝਲਦਾਰ ਪਟਵਾਰੀ ਵੀ ਫਰਦਾਂ ਨੂੰ ਲੈ ਕੇ ਤਾਂ ਲਗਾਤਾਰ ਪਟਵਾਰੀ ਵੀ ਸੰਘਰਸ਼ ਕਰ ਰਹੇ ਆ ਕਿ ਆਪਾਂ ਕਿਸਾਨ ਜਿਹੜੇ ਕਹਿ ਰਹੇ ਕਿ ਅਸੀਂ ਸੰਘਰਸ਼ ਕਰ ਰਹੇ ਹਾਂ ਪ੍ਰਾਈਵੇਟ ਕੰਪਨੀਆਂ ਦੇ ਖਿਲਾਫ ਅਤੇ ਪ੍ਰਾਈਵੇਟ ਕੰਪਨੀਆਂ ਕਿਸਾਨਾਂ ਦੀਆਂ ਫਰਦਾਂ ਹੀ ਉਹ ਬਣਾ ਰਹੀਆਂ ਨੇ। ਮੈਂ ਇਹ ਸਾਰਾ ਔਖਾ ਹੋਇਆ ਪਿਆ ਕੰਮ, ਸਾਰਾ ਪੰਜਾਬ ਹੀ ਉਹਦੇ ਵਿੱਚ ਬੈਠਾ ਹੈ, ਆਪਣਾ ਮੋਰਚੇ ਲਾ ਕੇ ਕੋਈ ਦਫ਼ਤਰਾਂ 'ਚ ਹੈ ਹੀ ਨਹੀਂ ਗਾ, ਉਹ ਹੋਣ ਵੀ ਬੇਸ਼ੱਕ ਭਾਵੇਂ ਤਾਂ ਵੀ ਬਹੁਤ ਮੁਸ਼ਕਲ ਆ। ਇਸ ਕਰਕੇ ਅਸੀਂ ਉਹਨਾਂ ਨੇ ਇਹੀ ਗੱਲ ਕਹੀ ਕਿ ਤੁਸੀਂ ਅਸੀਂ ਐਲਾਨ ਕੀਤਾ ਹੋਇਆ ਵੀ ਫਰਦਾਂ ਨਹੀਂ ਦਿੱਤੀਆਂ ਜਾਣਗੀਆਂ ਅਤੇ ਤੁਸੀਂ ਇਹਦੇ ਉੱਤੇ ਗੌਰ ਕਰੋ, ਇਹ ਬੰਦ ਕਰੋ ਫਰਦਾਂ ਮੰਗਣੀਆਂ। ਜਿੰਨਾ ਚਿਰ ਅਕਾਲੀ ਦਲ ਬਾਹਰ ਆ ਕੇ ਕਹਿ ਕੇ ਗਿਆ ਕਿ ਉਹ ਸਿਆਸੀ ਐਕਟੀਵਿਟੀ ਜਿਹੜੀ ਹਜੇ ਵਿਚਾਰ ਕਰੇਗਾ, ਤੁਸੀਂ ਵੀ ਕਿਹਾ ਕਿ ਉਹ ਵਿਚਾਰ ਕਰੇਗਾ, ਕੋਈ ਮੌਕੇ 'ਤੇ ਤੁਰੰਤ ਜਵਾਬ ਦੇ ਕੇ ਨਹੀਂ ਗਿਆ ਨਾ ਕਾਂਗਰਸ ਦੇ ਕੇ ਗਈ ਹੈ, ਤਾਂ ਫਿਰ ਇਹ ਜਿਹੜਾ ਵਿਰੋਧ ਹੈ ਜਾਰੀ ਰਹੇਗਾ ਜੀ ਪਿੰਡਾਂ ਦੇ ਵਿੱਚ? ਉਹ ਅਸੀਂ ਵਿਚਾਰ ਕਰ ਲਾਂਗੇ ਹੁਣ ਕਿਵੇਂ ਦਾ ਉਹਨਾਂ ਦਾ ਰਿਸਪੌਂਸ ਕੀ ਹੈ, ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਰੱਖਾਂਗੇ ਬਾਰਡਰਾਂ ਦੇ ਉੱਤੇ ਮੀਟਿੰਗ ਕਰਕੇ, ਉਸ ਤੋਂ ਬਾਅਦ ਅਗਲਾ ਫੈਸਲਾ ਫਿਰ ਲਾਂਗੇ ਵੀ ਉਹ ਕਿਵੇਂ ਚੱਲਦੇ ਨੇ। ਲਗਾਤਾਰ ਕਹਿ ਰਿਹਾ ਕਿ ਲੋਕਾਂ ਦਾ ਧਿਆਨ ਉੱਧਰ ਹੈ ਮੋਰਚਿਆਂ ਦੇ ਵੱਲ ਔਰ ਇਹ ਪਾਰਟੀਆਂ ਨੇ ਜਿਹੜੀਆਂ ਇਹ ਡਿਵਾਈਡ ਕਰਨਾ ਚਾਹੁੰਦੀਆਂ ਨੇ, ਇਸੇ ਕਰਕੇ ਸਾਨੂੰ ਅੱਜ ਦਾ ਪ੍ਰੋਗਰਾਮ ਇਹ ਰੱਖਣਾ ਪੈਣਾ। ਇਸੇ ਕਰਕੇ ਹੀ ਸਾਰਿਆਂ ਨੂੰ ਪਹਿਲਾਂ ਅਪੀਲਾਂ ਕਰਦੇ ਸੀ, ਫਿਰ ਅਕਾਲੀ ਦਲ ਨੇ ਚਿੱਠੀ ਲਿਖੀ ਉਹਦੇ ਉੱਤੇ, ਫਿਰ ਅੱਜ ਦਾ ਜਿਹੜਾ ਕੱਟ ਹੈ ਸਾਰਾ ਉਹਦੇ ਉੱਤੇ ਹੋਇਆ, ਜਦੋਂ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਆਪਾਂ ਬਹਿ ਕੇ ਗੱਲ ਕਰਦੇ ਹਾਂ, ਉਹਨਾਂ ਨੇ ਰੱਦ ਵੀ ਇੱਕ ਵਾਰ ਆਪਣੀਆਂ ਰੈਲੀਆਂ ਜਿਹੜੀਆਂ ਸੀ ਉਹ ਕਰ ਦਿੱਤੀਆਂ, ਅਸੀਂ ਇਹ ਰੱਦ ਕਰਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਉਸ ਗੱਲ ਕਰਨ ਦੇ ਕਾਰਨ ਸਾਰਾ ਕੁਝ ਅੱਜ ਇੱਥੇ ਪ੍ਰੋਗਰਾਮ ਜਿਹੜਾ ਲਿਖਿਆ ਗਿਆ ਅਤੇ ਸਾਰੀਆਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਚਾਹੇ ਕੋਈ ਛੋਟੀ ਜਾਂ ਵੱਡੀ ਸਾਰੀਆਂ ਜਿੱਥੇ ਪਹੁੰਚੀਆਂ ਨੇ। ਸਵੇਰ ਦਾ 11 ਵਜੇ ਦਾ ਪ੍ਰੋਗਰਾਮ ਚੱਲਦਾ ਪਿਆ ਸੀ, 5 ਵਜ ਗਏ, 5 ਵਜੇ ਤੱਕ ਸਾਰੀਆਂ ਪਾਰਟੀਆਂ ਨਾਲ ਗੱਲ ਹੋਈ ਹੈ, ਜਿਹਦੇ ਵਿੱਚੋਂ ਦੋ ਪਾਰਟੀਆਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਵਿਚਾਰ ਕਰ ਲਈਏ, ਬਾਕੀ ਸਾਰੀਆਂ ਇੱਕ ਹੈ ਅਸੀਂ ਸਹਿਮਤ। ਤੁਸੀਂ ਵਿਰੋਧ ਕਰ ਰਹੇ ਹੋ ਪਰ ਲੋਕ ਇਹ ਵੀ ਕਹਿ ਰਹੇ ਆ ਕਿ ਜਿਹੜਾ ਵਿਰੋਧ ਕਰੋ ਪਰ ਇੱਕ ਮਾਡਲ ਵੀ ਹੋਣਾ ਚਾਹੀਦਾ, ਜਿਹੜੇ ਕਿਸਾਨ ਨੇ ਉਹ ਇੱਕ ਮਾਡਲ ਵੀ ਦੇਣ ਜਿਹੜੀ ਰਾਜਨੀਤੀ ਨੂੰ ਉਹ ਬਦਲਣਾ ਚਾਹੁੰਦੇ ਨੇ ਜਾਂ ਜਿਸ ਦਾ ਵਿਰੋਧ ਕਰ ਰਹੇ ਨੇ ਉਹਦੇ ਲਈ ਇੱਕ ਬਰਾਬਰ ਪਲੇਟਫਾਰਮ ਚਾਹੀਦਾ, ਤਾਂ ਉਹਦੇ 'ਤੇ ਕੀ ਸੋਚ ਰਹੇ ਹੋ? ਬਿਲਕੁਲ ਤੁਹਾਡੀ ਗੱਲ ਸਹੀ ਹੈ, ਲੋਕ ਚਾਹੁੰਦੇ ਨੇ, ਸਾਡੇ ਨਾਲ ਵੀ ਲੋਕ ਗੱਲਾਂ ਕਰਦੇ ਆ ਬਈ, ਉਹ ਤਾਂ ਲੋਕ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸੰਯੁਕਤ ਮੋਰਚੇ ਨੂੰ ਇਲੈਕਸ਼ਨ ਲੜਾਉਣੀ ਚਾਹੀਦੀ ਹੈ ਬੇਸ਼ੱਕ ਜੋ ਮਰਜ਼ੀ ਕਰ, ਠੀਕ ਹੈ ਕਿ ਨਹੀਂ? ਅਤੇ ਇਹਦੇ ਉੱਤੇ ਸਾਨੂੰ ਵਿਚਾਰ ਕਰ ਲੈਣਾ ਚਾਹੀਦਾ, ਬਸ ਗੱਲ ਤਾਂ ਇੰਨੀ ਹੈ ਵੀ ਕਿਵੇਂ ਕਰੀਏ ਅਸੀਂ, ਲੋਕਾਂ ਨੂੰ ਰੋਕ ਵੀ ਰਹੇ ਹਾਂ
जे असी कुछ भी नहीं फैसला देंगे लोगों ने, मेरा निजी विचार आ, जे ही लोगों को कोई रस्ता नहीं विखाते तो लोग सोचेंगे यार ये तो विखाते कख नहीं, फिर उधर हो जाइए। ये हालात जोड़े ने बाकी बहुत दुविधा जी वाले बने खड़े ने, ये सोचना पेगा सानू कि लोगों रोकने वास्ते सानू की करना, लोग विदाउट डायरेक्शन हो जाएंगे, कोई डायरेक्शन ही नहीं बचना। हाँ इस करके ये सानू मैं मेरा निजी विचार आ भी तो लोगों सानू कोई ना कोई राय हो जी देनी चाहिए भी तुम रुको असं कर रहे हैं कुछ ना कुछ। बहुत धन्यवाद जी। तो जिहड़ा लगातार जिहड़ा किसानां दे नाल कलाकार भाईचारा भी जिहड़ा खड़ा होया, तो जिहड़ी गलबात अंदर हुई है बूटा सिंह शादीपुर होरां ने दसी है कि जिहड़ा विरोध है वह जारी रहेगा। इस दे नाल ही दो पार्टियां जिहड़ियां मौके पर कह के गईयां ने कि असी विचार करांगियां, दूसरी पार्टियां ने जिहड़ियां दूसरियां उन्होंने के असी कहा कि असी किसानां दे नाल जो संयुक्त मोर्चा प्रोग्राम दिंदा असी उहदे ते पहरा देवांगे। सब तो पहला तो जी थोड़ा एक बार फिर स्वागत करते हैं। बहुत मेहरबानी यार थोड़ी, तुसीं किसानां दे नाल मोढे नाल मोढा जोड़ के खड़े हो, मैं मीडिया दा तह दिल तो धन्यवाद कर। अज भी मीटिंग हुई है पंजाब च, क्या सराइयां गईयां जा रही सी कि कितें माहौल ना खराब हो जाए, राष्ट्रपति शासन की गल चल रही थी तो किसानों ने यह फैसला लिया सियासी पार्टियां नाल मुलाकात करन दा, तो इत्थे कुछ पार्टियां कह के गईयां असीं विचारांगियां कुछ हिमायत दे गईयां, किवें तुहानू किवें लग रहा? देखो मैं भी थोड़े माध्यम ने सियासी पार्टियां नूं यह बेनती करदा भी आपां पंजाब दा माहौल खराब ना करिए, जे राष्ट्रपति राज लगदा तो उहदे जिम्मेवार तुसीं होवोगे सीधे तौर पर, बाकी साडे गुरुआं दी धरत आ किसे दे प्यो दी नहीं हैगी, असीं उहदे लई जंग लड़ रहे हाँ ते बेनती करदे हाँ भी आपां पंजाब दा माहौल ना खराब करदे हुए आपसी भाईचारा ना खराब करिए, क्योंकि जदों इलैक्शन नेड़े आउणगे उदों तुसीं अपना प्रचार कर लिओ। इस समय लोकां दे अंदर रोस है, किसानी प्रति हमदर्दी है, इस करके लोग जागृत हो चुके हैं। तुहानू बेनती है भी तुसीं हाल की कड़ी अपने सारे प्रोग्राम पोस्टपोन करो, पर फिर भी अगर पोस्टपोन नहीं करते तो फिर किस मंशा के नाल उन्होंने देखा जाना चाहिए पंजाब के लोगों के वलों, किसानी तबके के वलों, या निजी तौर पर तुहाडे की विचार हैं? फिर लोग देख ही रहे, तुसीं वीडियो देख ही रहे हो, जो हालात हो रहे ने वो जे होर वधिया होणगे तो फिर लीडरां नूं देखना पऊगा, फिर हंडाउणा पऊगा पिंडे दे, तुसीं अजे ना इहो जिहा कुछ करो। मैं तो यही थोड़े माध्यम राही कहना भी आपां, मैं पहलां भी गल कीती आ कि पंजाबी भाईचारे च आपस च लोकां दे पिंडां दे विच बहुत वितकरा पैदा हुंदा, ये वितकरा आपां पैदा ना करिए, क्योंकि जे किसानी रहूगी तां जवानी रहूगी, पंजाब रहूगा ते तां ही आपां आबाद भी रहांगे। मैं थोड़े माध्यम राही बेनती करदा भी जिहड़े अज लीडर आए सी इन्हां नूं पंजाब प्रति सोचण दा हक है, ये सोचण ते इलैक्शन जदों आउणगे उदों दी उदों देखांगे। फिर वह भी कहते हैं जी कि यह सानू डेमोक्रेटिक राइट भी असी लोगों के जाइए, बीजेपी भी यह कह रही है कि असी तो जावे 117 सीटा तो लड़ा, सुरजीत कुमार जैनी भी कह रहे हैं, तो संयुक्त मोर्चे ने भी पहल कर ली है कि हालात खराब ना हो, तो फिर हम किमें बनेगा की फिर मॉडल की हो? जनानिया जनूनिया तो बोलदिया रहिंदिया ने, इन्हों बोलन का हक है सारे, जिमें तुम कहने कहते सू भी हक है तो फिर सानू भी तो हक है, असी साडा तो वड्डा हक है, असी साडे ते किवें कानून लागू कर दोगे तुसीं, जे तुसीं वोटां पिछे ही होण लगे होए हो तुसीं, इहदा थोड़ा मतलब साफ हो गया भी तुसीं सिर्फ इलैक्शनां पिछे कड़ी घोलदे हो सारी, इस करके तुहानूं बेनती है भी तुसीं ये कड़ी ना घोलो, भाईचारा ना खराब करो। लोग जागृत हो चुके हैं, हुण इन्ने क जागृत हो चुके हैं भी तुहाडा हाल बहुत माड़ा होगा, इस करके जदों तक इलैक्शन नहीं हुंदे उदों तक कोई पंगा ना लो।